ਹੁਣ ਅਸੀਂ ਪੜਾਵਾਂਗੇ ਜ਼ੋਈ ਦੇ ਹੈਂਡਸ ਤੇ ਫੀਟ। ਕਿੰਨੀ ਤੂੰ ਪਰਲੀ ਸਾਈਡ ਬੈਠੇਂਗੀ? ਪਹਿਲਾਂ ਨਹੀਂ ਦੇਖਣਾ, ਕਬੂਲ ਹੈ ਕਬੂਲ ਹੈ। ਅੱਜ ਨਵੀਂ ਕੀ ਗੱਡੀ ਦੀ ਚੈਕਿੰਗ ਹੋ ਰਹੀ ਆ ਤੇ ਇੰਨੇ ਕੱਪ ਨਿਕਲੇ ਆ। ਕੱਪ ਜਮੀ ਮੁੱਕ ਚੱਲੇ ਸੀਗੇ ਘਰੋਂ। ਗਿੰਨੂ ਦਾ ਕਿੱਟੀ ਵਾਲਾ ਕੱਪ ਆ ਤੋੜਦਾ। ਮੇਰੀ ਵਾਚ ਲਾਉਂਦੀ ਆ। ਨੋ ਨੋ ਨੋ, ਮੇਰੀ ਵਾਚ ਨਹੀਂ ਲੈਣੀ। ਨੋ 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 ਨੋ, ਫੜਾ ਮਸ਼ੜਾ, ਫੜਾ ਫੜਾ ਮਸ਼ੜਾ, ਵਾਚ ਦੇ ਦੇ। ਨੋ ਨੋ, ਕੀ ਨਹੀਂ ਕਹਿਣ ਦਾ ਬੁੱਕ ਜੀ? ਵੇਅਰ ਇਜ਼ ਮਿਸਟਰ ਲੈਪਰਡ? ਹਿਅਰ। ਓਕੇ, ਵੇਅਰ ਇਜ਼ ਮਿਸਟਰ ਪੈਂਡਾ? ਹਿਅਰ। ਹਾਂ ਸੀ ਪੈਂਡਾ, ਤਾਂ ਆ ਸੀ ਸਾਡਾ ਪੈਂਡਾ, ਆ ਸੀ ਪੈਂਡਾ, ਆ ਸੀ ਪੈਂਡਾ। ਐਂਡ ਵੇਅਰ ਆਰ ਯੂ? ਮਿਰਰ ਲੱਗਿਆ ਜੀ। ਚੁੰਡੀ ਮਾਸਟਾ, ਚੁੰਡੀ ਚੁੰਡੋ ਚੁੰਡੋ। ਕਿਊਟਨੈਸ, ਟੱਲੀ ਵਾਲਾ ਬਾਬਾ ਬਣ ਗਿਆ ਵੇ, ਟੱਲੀ ਵਾਲਾ ਬਾਬਾ, ਟੱਲੀ ਵਾਲਾ ਬਾਬਾ। ਉਹ ਕਿੰਨਾ ਕਿਊਟ ਲੱਗ ਰਿਹਾ, ਐਵੇਂ ਜ਼ਿਆਦਾ ਕਿਊਟ ਲੱਗਦੀ ਉਦੋਂ ਵੀ। ਵੈਸੇ ਤਾਂ ਇਹ ਹੈਗੀ ਇੰਨਾ ਕਿਊਟ ਆ, ਪਰ ਇੱਦਾਂ ਐਵੇਂ ਉਦੋਂ ਵੀ ਜ਼ਿਆਦਾ ਸੋਹਣੂ ਲੱਗ ਰਿਹਾ। ਲੋ ਜੀ ਗਾਇਸ, ਆ ਆ ਗਿਆ ਆਪਣਾ ਪੀਜ਼ਾ। ਮੈਲਫੀ, ਮੈਲਫੀ ਆ ਨਾ ਇਹਨਾਂ ਦਾ ਪੀਜ਼ਾ, ਬਹੁਤ ਸਿਰਾ ਹੁੰਦਾ। ਤੇ ਪੈਕਨਮ ਟ੍ਰਾਈ ਕਰੋ, ਪੈਕਨਮ ਚਾ ਅਮਲਫੀ ਪੀਜ਼ਾ ਸਿਰਾ, ਇਹਨਾਂ ਦਾ ਪਾਸਤਾ ਵੀ ਸਿਰਾ ਆ। ਲੱਗ ਗਿਆ ਪਤਾ। ਤੇ ਹੁਣ ਅਸੀਂ ਬਣਾਵਾਂਗੇ ਜ਼ੋਈ ਦੇ ਹੈਂਡਸ ਤੇ ਫਿੱਟ, ਤੇਰੇ ਹੱਥ ਤੇ ਪੈਰ ਬਣਾਵਾਂਗੇ ਇਹਦੇ ਨਾਲ ਦੇ। ਲੈਟਸ ਸੀ ਕਿੱਦਾਂ ਬਣਨਗੇ। ਆਹ ਵਾਲਾ ਪਾਊਡਰ ਆਪਾਂ ਪਾਵਾਂਗੇ, ਇਹਦਾ 5 ਗੁਣਾ ਪਾਣੀ ਪਾਉਣਾ ਇਹ 'ਚ। ਨਹੀਂ ਬਣਾਉਂਦੇ, ਨਹੀਂ ਬਣਾਉਂਦੇ, ਨਹੀਂ ਨਹੀਂ। ਪਹਿਲਾਂ ਆਪਾਂ ਪਾਵਾਂਗੇ 2 ਕੱਪ ਪਾਣੀ ਇਹ 'ਚ, 1 ਕੱਪ, 2 ਕੱਪ ਪਾਣੀ, 2 ਪਾਵਾਂਗੇ ਛੋਟੇ ਛੋਟੇ ਪੈਕਟ ਦੇ। ਚਲੋ ਚਲੋ ਛੱਡ ਦੇ ਤੂੰ ਇੱਧਰ ਆ।
ਇਸ ਮੋਰਲ ਆਫ ਦਾ ਸਟੋਰੀ ਅਸੀਂ ਆ ਸਾਰਾ ਖਰਾਬ ਕਰ ਲਿਆ, ਆ ਵੀ ਖਰਾਬ ਕਰਤਾ ਕੋਮਲ ਦੇ, ਕੋਮਲ ਦੇ ਚਾਰ ਡੱਬੇ ਖਰਾਬ ਕਰਤੇ, ਤਾਂ ਇਟ ਮੀਨਸ ਘਰੇ ਨਾ ਟਰਾਈ ਕਰਿਆ ਕਰੋ। ਪੂਰਾ ਖੁਸ਼ ਆ ਮੋਟੂ ਰੇ ਬਹਿ ਕੇ ਆਪਦੀਆਂ ਖੇਡਾਂ ਕੋਲ। ਦਿਨੋਂ ਦਾ ਚੱਲ ਰਿਹਾ ਮੇਕਅਪ ਹੋ ਗਿਆ, ਹਰਪ੍ਰੀਤ ਐਸ਼ਮੋਆ ਕੋਲ ਅਸੀਂ ਪਹੁੰਚ ਚੁੱਕੇ ਹਾਂ ਤੇ ਅੱਜ ਸਾਡਾ ਸ਼ੂਟ ਹੈ, ਮੇਰਾ ਤੇ ਇੰਦਰ ਦੋਨਾਂ ਦਾ ਆ ਜੀ ਜੀ, ਤੇ ਵੀ ਐਕਸਾਈਟਡ, ਮੇਕਅਪ ਬਹੁਤ ਜ਼ਿਆਦਾ ਸੋਹਣਾ ਹੋ ਚੁੱਕਿਆ, ਫੇਰ ਹੋਣੇ ਆ, ਫੇਰ ਅਸੀਂ ਵੈਨਿਊ ਤੇ ਜਾਵਾਂਗੇ। ਲਓ ਜੀ ਆ ਮੇਰੀ ਸੋਹਣੀ ਜੀ ਮਹਿੰਦੀ ਲਾਈ ਆ, ਸੋਹਣੀ ਜੀ ਕੁੜੀ ਨੇ। ਕਿਵੇਂ ਹੋ ਪਵਨ? ਮੈਂ ਵਧੀਆ ਜੀ, ਆਪ ਕਿਵੇਂ ਹੋ? ਵਧੀਆ ਵਧੀਆ। ਇਹਨਾਂ ਨੂੰ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ, ਇਹ ਜਸਕੀਰਤ ਵੀਰੇ ਦੇ ਫਰੈਂਡ ਨਾਲ ਆਏ ਸੀਗੇ ਘਰੇ ਇੱਕ ਵਾਰੀ, ਤੇ ਬਹੁਤ ਵਧੀਆ ਮਹਿੰਦੀ ਲਾਉਂਦੇ ਨੇ ਇਹ। ਤੇ ਤੁਹਾਡਾ ਪੇਜ ਕੀ ਹੈ ਇੰਸਟਾਗ੍ਰਾਮ? ਵੀ ਮੇਰਾ ਪੇਜ ਹੈ ਮਹਿੰਦੀ ਆਰਟ ਬਾਏ ਪਾਵ, ਸਪੈਲਿੰਗ ਇੱਦਾਂ ਆ MEHENDIARTBYPAW, ਸਾਰਾ ਇਕੱਠੇ ਹੀ ਆ। ਠੀਕ ਹੈ ਜੀ, ਚਲੋ ਇਹਨਾਂ ਨੂੰ ਜ਼ਰੂਰ ਕੰਟੈਕਟ ਕਰਿਓ ਜੇ ਤੁਸੀਂ ਮਹਿੰਦੀ ਲਵਾਉਣਾ ਚਾਹੁੰਦੇ ਹੋ, ਬਹੁਤ ਸੋਹਣੀ ਮਹਿੰਦੀ ਲਾਉਂਦੇ ਨੇ। ਸੋ ਮੇਰਾ ਮੇਕਅਪ ਬਹੁਤ ਜ਼ਿਆਦਾ ਸੋਹਣਾ ਹੋਇਆ, ਹੇਅਰ ਬਹੁਤ ਜ਼ਿਆਦਾ ਸੋਹਣੇ ਹੋਇਆ, ਹੀ ਨਾ ਬਹੁਤ ਜ਼ਿਆਦਾ ਸੋਹਣੀ ਹੋਈ ਆ, ਅਤੇ ਹੁਣ ਅਸੀਂ ਚੱਲੇ ਹਾਂ ਵੈਨਿਊ 'ਤੇ ਕਿਉਂਕਿ ਉੱਥੇ ਹੀ ਆਊਟਫਿਟਸ ਆਏ ਹੋਏ ਆ ਐਂਡ ਸਾਰਾ ਡੈਕੋਰ ਹੋ ਚੁੱਕਿਆ, ਅਤੇ ਵੀ ਆਰ ਰੈਡੀ ਟੂ ਗੋ। ਸੁੱਤੇ ਪਏ ਆ, ਕਦੋਂ ਤੋਂ ਸੁੱਕਣੇ ਪਏ ਆ ਵਿਚਾਰੇ, ਸੁੱਤੇ ਪਏ ਆ। ਹੈਲੋ ਵਿਚਾਰੇ, ਹੈਲੋ, ਗੁੱਡ ਮਾਰਨਿੰਗ ਕਿਡੀ, ਤੁਸੀਂ ਸੁੱਤੇ ਪਏ ਸੀ, ਪਵਨ ਨੂੰ ਪਛਾੜਿਆ? ਤੁਸੀਂ ਮਿਲ ਲਏ ਸੀ? ਅੱਛਾ, ਤੂੰ ਕਿੰਨੀਆਂ ਚਿੱਤਰੀਆਂ ਲਾਈਆਂ ਨੇ ਪਿੱਛੇ। ਹਾਂ, ਇੰਦਰ ਨੇ ਹੁਣ ਦੇਖਿਆ ਮੇਰਾ ਹੇਅਰ ਸਟਾਈਲ, ਕਹਿੰਦੇ ਕਿੰਨੀਆਂ ਤਿੱਤਲੀਆਂ ਲਾਈਆਂ ਵਿੱਚ। ਲਓ ਜੀ ਗਾਇਸ, ਆਪਾਂ ਪਹੁੰਚ ਗਏ ਲੋਕੇਸ਼ਨ ਤੇ, ਤੇ ਇੱਥੇ ਹੁਣ ਆਪਣਾ ਸ਼ੂਟ। ਵੀ ਲੋਕੇਸ਼ਨ ਬੜੀ ਸੋਹਣੀ ਆ ਹਨ। ਹਾਂ, ਇਹ ਆ ਸਾਡੀ ਟੀਮ ਪੂਰੀ, ਰਾਜਸ਼੍ਰੀ ਬ੍ਰਾਈਡਲ ਸਟੂਡੀਓ ਵਾਲੇ ਵੀ ਪਹੁੰਚ ਚੁੱਕੇ ਨੇ ਆਪਣੇ ਆਊਟਫਿਟਸ ਲੈ ਕੇ ਸੋਹਣੇ ਸੋਹਣੇ, ਤੇ ਜੁਐਲਰੀ ਵੀ ਇਹਨਾਂ ਦੀ ਆ, ਐਂਡ ਵੀ ਆ ਐਕਸਾਈਟਡ। ਲਓ ਜੀ ਗਾਇਸ, ਆਪਾਂ ਤਾਂ ਹੋ ਗਏ ਰੈਡੀ, ਗਿੰਨੂ ਦਾ ਹਜੇ ਲੇਟ ਆ ਥੋੜੀ ਜੀ, ਕਰ ਰਹੀਆਂ ਹੋ ਰਹੀਆਂ ਰੈਡੀ। ਕੁੜੀਆਂ ਦਾ ਬੜਾ ਔਖਾ ਹੁੰਦਾ ਨਾ, ਮੈਨੂੰ ਆਪਣੀ ਵੀ ਲੁੱਕ ਇੰਨੀ ਘੈਂਟ ਲੱਗ ਰਹੀ ਹੈ, ਉਧਰ ਦੀ ਵੀ ਕੁਝ ਡਿਫਰੈਂਟ ਆ, ਸੀ ਪਹਿਲਾਂ ਐਡਰ ਦੀ ਲੁੱਕ ਨਹੀਂ ਹੁੰਦਾ, ਐਜ ਜਿਹੜੀਆਂ ਸਾਰੇ ਲੁੱਕਸ ਇਸ ਵਾਰ ਕਰ ਰਹੇ ਹੋ ਸਾਰੀਆਂ ਡਿਫਰੈਂਟ ਨੇ। ਯੈਸ, ਮੈਂ ਤਾਂ ਮਹਿੰਦੀ ਲੁੱਕ ਵੀ ਨਹੀਂ ਕੀਤੀ ਆਪਾਂ ਕਦੇ, ਮਤਲਬ ਤੁਸੀਂ ਅੱਜ ਜੋ ਦੇਖਿਓ ਅਸੀਂ ਡਿਫਰੈਂਟ ਡਿਫਰੈਂਟ ਕਰ ਰਹੇ ਆ, ਇਹ ਅਸੀਂ ਕਦੇ ਵੀ ਨਹੀਂ ਕੀਤਾ ਹੈਗਾ ਜੋ ਅੱਜ ਦਾ ਸ਼ੂਟ ਆ। ਸਤਿਆਰ ਜੀ, ਸਤਿਆਰ ਜੀ, ਇੰਦਰ ਤੁਸੀਂ ਸ਼ਾਇ ਹੋ ਰਹੇ ਹੋ? ਹਾਂ, ਬੋਲ ਨਹੀਂ ਨਾ ਰਹੇ, ਸ਼ਾਇ ਨੇ। ਜਿਗਨੇਸ਼ ਭਾਜੀ ਮੋਮੈਂਟੋ ਫੋਟੋਗ੍ਰਾਫੀ ਤੋਂ ਵੀ ਆ ਚੁੱਕੇ ਨੇ, ਤੇ ਇਹਨਾਂ ਨੇ ਅੱਜ ਸਾਡਾ ਸ਼ੂਟ ਕਰਨਾ। ਹੈਲੋ IWD ਵਾਲੇ ਕਿੱਥੇ ਨੇ ਵੀ ਉਹ ਆਪਣੇ ਡੈਕੋਰ ਵਾਲੇ, ਉਹ ਸ਼ੀ ਲੈਫਟ, ਬਟ ਅਸੀਂ ਉਹਨਾਂ ਦਾ ਡੈਕੋਰ ਦਿਖਾਉਂਦੇ ਹਾਂ ਤੁਹਾਨੂੰ, ਬਹੁਤ ਸੋਹਣਾ ਆ। ਸਾਡੀ ਲੱਗਦੀ ਹੁਣ ਹੋਊਗਾ ਸਾਡਾ ਵਿਆਹ, ਠੀਕ ਹੈ ਦੁਲਹਾ ਜੀ, ਇੱਧਰ ਦਿਖਾਓ।
ਇੱਧਰ ਆ ਲਵਾ ਲਓ ਅਬਦੁੱਲਾ ਜੀ, ਇੰਦਰ ਨੇ ਪਹਿਲੀ ਵਾਰ ਪਾਈ ਪਗੜੀ। ਲੋ ਯੂ ਗਾਇਸ, ਇਹ ਆ ਜੀ ਸਾਡੀ ਸੈਕੰਡ ਲੁੱਕ। ਯੈਸ, ਤੇ ਮੈਂ ਪਹਿਲੀ ਵਾਰ ਇਦਾਂ ਦੀ ਪਗੜੀ ਪਾਈ ਆ। ਹਾਂ, ਵਧੀਆ ਲੱਗ ਰਹੀ ਆ। ਹਾਂ, ਉਹ ਬਾਜੇ ਵਾਲੇ ਕਿੱਥੇ ਨੇ? ਬਾਜੇ ਵਾਲੇ ਹਾਂ, ਰਾਤ ਘਟ ਗਈ ਆਪਣੀ, ਬੰਦੇ ਅੱਧੇ ਚਲੇ ਗਏ। ਹਾਂ, ਬਰਾਤੀ ਵਾ ਗਏ ਕਿਹੜੇ ਲੈਂਦਾ ਹੀ। ਹਿੰਦੂ ਵੈਡਿੰਗ ਜਿੱਦਾਂ ਹੁੰਦਾ ਨਾ, ਰਾਤ ਨੂੰ ਸਾਰੇ ਚਲੇ ਜਾਂਦੇ। ਹਾਂ, ਇਦਾਂ ਹੀ ਹੁੰਦਾ ਬਿਨਾਂ ਦੇ ਪਸੇਰੇ। ਇਹ ਵੀ ਦੇਖੋ, ਹਾਂ ਪਾਕਿਸਤਾਨੀ ਦੁੱਲਾ ਆ। ਚਲੋ ਬੇਗਮ ਸਾਹਿਬਾ, ਚਲੋ ਜਨਾਬ। ਉਰੇ ਲੱਗਿਆ ਹੋਇਆ ਨਿਕਾਹ ਦਾ ਸੈਟਅਪ। ਕਿੰਨੀ ਤੂੰ ਪਰਲੀ ਸਾਈਡ ਬੈਠੇਂਗੀ? ਆ ਗਈ ਜਿਸੇ ਨਾਲ ਹੋ ਗਿਆ ਭਾਰੀ ਧੋਖਾ, ਬਿਗ ਲੋਸ। ਸੋ ਗਾਇਸ, ਆਹ ਵੈਬਸਾਈਟ ਦਾ ਨਾ ਕਦੇ ਕੋਈ ਕੁਛ ਆਰਡਰ ਨਾ ਕਰਿਓ। ਅਸੀਂ ਨਾ ਆਨਲਾਈਨ ਗੁੱਚੀ ਦੀ ਆਹ ਵਾਲੀ ਵੈਬਸਾਈਟ ਤੋਂ ਆਰਡਰ ਕਰਤੀਆਂ ਸੀਗੀਆਂ। ਨਹੀਂ ਆਹ ਨਾ, ਆਹ ਖੋਲ ਲੰਗੇ ਵੀ ਕੋਈ ਆ, ਲਫਾਫੇ ਸੈੱਟ ਨਹੀਂ ਹੋਣੇ ਸਦਾ। ਚਲ ਜੋ ਕਿ ਇਹ ਆਈ ਦੇ ਲਫਾਫੇ ਸੈੱਟ ਨਹੀਂ ਹੋਣੇ। ਤੇ ਉਹਨਾਂ ਨੇ ਐਨਕਾ ਦੇਖੋ ਕੀ ਭੇਜੀਆਂ ਨੇ, ਇੱਕ ਸਮਤਾ ਲਈ ਇੱਕ ਜੱਸੇ ਲਈ ਦੋ ਭੇਜਤੀਆਂ। ਹਾਂ, ਦਿਖਾਈ ਜੱਸੇ ਆ ਤੇਰੇ ਐਨਕਾ ਸਿਰਾਂ ਨੇ ਜੱਸੇ ਗਿਨੂ ਐਨਕਾ ਚੈੱਕ ਕਰ ਜੱਸੇ ਦੀਆਂ। ਯਾਰ ਬੜਾ ਧੋਖਾ ਕੀਤਾ ਬਾਬੇ ਹੋਣਾ ਨੇ। ਕਿੰਨੇ ਕਿੰਨੇ ਡਾਲਰ ਦੀ? 450 ਦੀ ਆ। ਹਾਂ, ਗੁੱਚੀ ਦੀ ਕੀਤੀ ਸੀ ਆਰਡਰ ਉਹਨੇ, ਆ ਭੇਜਤੀ। ਆਰਡਰ ਤਾਂ ਗੁੱਚੀ ਦੀ ਕੀਤੀ ਸੀ। ਕਿਹੜੇ ਵਾਲੀ? ਜਸ਼ਨ ਵਾਲੇ ਨਾਲ ਦੀ। ਬਾਈ ਨੂੰ ਰਿਕੁਐਸਟ ਕਰੀਏ ਭਾਈ, ਸ਼ੋਲਾਂ ਦੀ ਸਾਨੂੰ ਫੈਕਟਰੀ ਦਿਖਾ। ਆ ਕੋਟ ਕੂਟ ਜਿਹੜਾ ਬਹੁਤ ਘੈਂਟ ਨੇ ਯਾਰ। ਚਲੀ ਜਾਕਟ ਦਾ ਸਿਰਾ ਕੰਮ ਬਣਤੇ ਹੈ ਯਹਾਂ ਪਰ ਮੈਨੂਫੈਕਚਰਿੰਗ। ਓਕੇ, ਆ ਖੱਡੀਆਂ ਬਾਕੀ ਕਲਾਕਾਰੀ ਬਹੁਤ ਹੁੰਦੀ ਜਿਹੜੇ ਮੁਸਲਿਮ ਭਰਾ ਆਉਂਦੇ ਨੇ ਇਹਨਾਂ ਕੋਲ, ਹੱਥ ਦੀ ਕਲਾਕਾਰੀ ਬਹੁਤ ਹੁੰਦੀ ਹੈ।
ਵਾਹ ਕੀ ਬਾਤ ਹੈ ਵੀ ਇਹ ਫੈਕਟਰੀਆਂ ਲੱਗੀਆਂ ਹੋਈਆਂ ਉਰੇ ਕੋ ਵੀ ਆਹ ਵੀ ਕਾਰਪੈਟ ਹੈ 55,000 ਦਾ ਕਹਿੰਦੇ ਡਿਸਕਾਊਂਟ ਕਰਕੇ ਤੁਹਾਨੂੰ 25,000 ਦਾ ਮਿਲ ਜੂਗਾ ਆਹ ਟਾਈਮ ਪੀਸ ਹੈ ਇਹ ਵੀ ਕਾਰਪੈਟ ਦਾ ਬਣਾਇਆ ਹੋਇਆ ਇੱਥੇ ਨਾ ਜਗ੍ਹਾ ਜਗ੍ਹਾ 'ਤੇ ਕਾਰਪੈਟ ਹੀ ਕਾਰਪੈਟ ਨੇ 4.5 ਲੱਖ ਦਾ ਕਾਰਪੈਟ ਆ ਬਾਈ ਕਹਿੰਦੇ ਇਹ ਬਿਲ ਕਲਿੰਟਨ ਵੀ ਕਹਿੰਦੇ ਜੀ ਇੱਥੇ ਲੈ ਗਿਆ ਉਸਨੇ ਲਿਆ ਨਾ ਚੀਜ਼ 15 ਲੱਖ ਕਾ ਜਬ ਤੱਕ ਐਸੇ ਨਹੀਂ ਇਸ ਆਪਕੇ ਪਾਸ ਪੈਸਾ ਤੇ ਆ ਦੇਖੋ ਕਹਿੰਦੇ ਬਿਲ ਕਲਿੰਟਨ ਵੀ ਲੈ ਕੇ ਜੈਸੇ ਆਪਕੋ ਮੋਬਾਈਲ ਹੈ ਹਾਂ ਜਬ ਆਪਕੇ ਪਾਸ ਮਾਲ ਹੈ ਤਬ ਆਪ 1 ਲੱਖ ਇਹ ਮੋਬਾਈਲ ਲੋਗੇ ਯੈਸ ਯੈਸ ਦੇਖ ਕੇ ਪਤਾ ਚਲ ਕੇ ਐਸੇ ਥੋੜੀ ਲੈ ਜੀ ਹਾਂ ਮੋਬਾਈਲ ਮੋਬਾਈਲ ਦਾ ਫਰਕ ਹੈ ਬਾਈ ਇਧਰ ਜੈਕਟਾਂ ਸ਼ੈਕਟਾਂ ਪਈਆਂ ਪੂਰੀਆਂ ਹੈਲੋ ਛੋਟੇ ਛੋਟੇ ਬੱਚੇ ਯਾਰ ਬਹੁਤ ਸੋਹਣੇ ਆ ਇੱਥੋਂ ਦੇ ਵਿਚਾਰੇ ਬਹੁਤ ਕਿਊਟ ਨੇ ਬਹੁਤ ਨਾਈਸ ਨੇ ਦੇਖੋ ਕਿੱਦਾਂ ਆਪਣੇ ਸਲੀਕੇ 'ਚ ਆਪਣੀ ਡਰੈਸ 'ਚ ਰਹਿੰਦੇ ਆ ਬਾਏ ਬਾਏ ਬੇਟਾ ਆਹ ਜਿਹੜਾ ਪਾਣੀ ਆ ਵੀ ਸਾਰਾ ਇਹ ਬਰਫ਼ ਦਾ ਖੁਰ ਖੁਰ ਕੇ ਆ ਰਿਹਾ ਉਹ ਜਿਹੜੀਆਂ ਚੋਟੀਆਂ ਦਿਖਦੀਆਂ ਨੇ ਉਹ ਗੁਲਮਾਰਗ ਦੀਆਂ ਚੋਟੀਆਂ ਨੇ ਬਰਫ਼ ਉੱਪਰ ਪਈ ਹੋਈ ਆ ਅਤੇ ਉੱਥੇ ਜਾਣਾ ਆਪਾਂ ਨੇ ਪਰ ਗੰਡੋਲਾ ਦੀ ਜਿਹੜੀ ਟਿਕਟ ਆ ਕਹਿੰਦੇ ਉਹ ਔਨਲਾਈਨ ਹੀ ਬੁੱਕ ਹੁੰਦੀ ਅੱਜ ਕੱਲ੍ਹ ਮਹੀਨਾ ਡੇਢ ਮਹੀਨਾ ਪਹਿਲਾਂ ਇਹਦੀ ਬੁਕਿੰਗ ਕਰਾਉਣੀ ਪੈਂਦੀ ਹੈ ਇਹ ਗੱਲ ਧਿਆਨ ਨਾਲ ਸਾਰੇ ਨੋਟ ਕਰ ਲਿਓ ਬਈ ਲਓ ਜੀ ਸੰਗਤਾਂ ਪਹੁੰਚ ਗਈਆਂ ਗੁਲਮਾਰਗ ਰਸ਼ ਪੂਰਾ ਉਰੇ ਲਓ ਜੀ ਸਾਡਾ ਹੋਟਲ ਆ ਜਿਹੜਾ ਆ ਗਿਆ ਮਾਮਾ ਪੈਲਸ ਗੁਲਮਾਰਗ ਇਹ ਸਾਡਾ ਹੋਟਲ ਹੈ ਜੀ ਆਹ ਬੈਡਰੂਮ ਆ ਸਾਡਾ ਹਾਂ ਸੋਫਾ ਵਾਹ ਆਹ ਵਿਊ ਹੈ ਜੀ ਸਾਡਾ ਬਰਫ਼ ਹੈ ਬਰਫ਼ ਹਾਂ ਹੈਲੋ ਆਹ ਸਾਡੇ ਗਵਾਂਢੀਆਂ ਦਾ ਕੈਮਰਾ ਹੋਰ ਜੀ ਠੀਕ ਹੋ ਬੜੀਆ ਸਰ ਬੜੀਆ ਅਣੂ ਕਹਿੰਦੀ ਵੀ ਮੇਰਾ ਸੁਪਨਾ ਸੀਗਾ ਵੀ ਮੈਂ ਬਰਫ਼ 'ਚ ਜਾ ਕੇ ਰਹਿਣਾ ਹਾਂਜੀ ਤੂੰ ਪਹਿਲਾਂ ਦੱਸਦੀ ਆਪਾਂ ਡੀਪ ਫ੍ਰੀਜ਼ਰ 'ਚ ਰੱਖ ਲੈਂਦੇ ਨਹੀਂ ਜਦੋਂ ਅਸੀਂ ਉੱਥੇ ਵੀਰ ਜੀ ਬਰਫ਼ 'ਚ ਘੁੰਮਣ ਗਏ ਸੀ ਉਦੋਂ ਮੈਂ ਕਿਹਾ ਚੱਲ ਮੈਂ ਕਿਹਾ ਕਦੇ ਬਰਫ਼ 'ਚ ਰਹਿਣ ਦੇਵਾਂਗੇ ਹਾਂ ਉਹ ਕਹਿੰਦੇ ਸੀ ਠੀਕ ਹੈ ਆ ਜਾ ਅੱਛਾ ਪੂਰੀ ਹੋ ਗਈ ਪੂਰੀ ਹੋ ਗਈ ਆਹ ਦੇਖ ਲਓ ਵੀ ਭੋਲੇ ਦੀ ਪੁੱਤੀ ਦੇਖ ਲਓ 2300 ਮੀਟਰ ਸਮੁੰਦਰੀ ਤਲ ਤੋਂ ਉੱਤੇ ਬੈਠੀ ਆ ਬਰਫ਼ 'ਚ ਹੈਂ ਬਿਨਾਂ ਕੋਟੀ ਤੋਂ ਇਹ ਵੀ ਕਰਮ ਵਾਲੀ ਹੈ ਕੁੜੀ ਦੇਖ ਲਓ ਐਂ ਫਿਰਦੀ ਛੋਟੀ ਛੋਟੀ ਘੁੰਮਦੀ ਛੋਟੀ ਜਿਹੀ ਉਮਰ 'ਚ ਆਹ ਮੇਰੀ ਤਾਂ ਦਾੜੀ ਚਿੱਟੀ ਹੋ ਗਈ ਮੇਰੇ ਡੈਡੀ ਨੇ ਤਾਂ ਘੁਮਾਇਆ ਨਹੀਂ ਅੱਜ ਤੱਕ ਮੈਨੂੰ ਰੋਡ ਸਾਈਡ ਕੁਕਿੰਗ ਦਾ ਕੰਮ ਚੱਲ ਪਿਆ ਵੀ ਸਾਥ ਮੇ ਲਾਤੇ ਹੈ ਹਾਂਜੀ ਹਾਂਜੀ ਆ ਉਹ ਪੀਓ ਚ ਆਏ ਹਮਾਰੇ ਸਾਥ ਲੇਕਿਨ ਇਹ ਬੋਟਲ ਵਗੈਰਾ ਸਭ ਗੈਸ ਬੋਟਲ ਸਭ ਸਾਥ ਮੇ ਲਾਤੇ ਅੱਛਾ ਹਾਂ ਹਾਂ ਅੱਛਾ ਹਾਂ ਸਹੀ ਹੈ ਕੰਮ ਹਮਾਰਾ ਪਹਿਲੀ ਵਾਰ ਦੇਖਾ ਹੈ ਤੁਸੀਂ ਸਟੇਟ ਸੇ ਆਪ ਬੰਬਈ ਸੇ ਬੰਬਈ ਸੇ ਆ ਪੰਜਾਬ ਆਏ ਕਭੀ ਪੰਜਾਬ ਮਤਲਬ ਐਸਾ ਪਠਾਨਕੋਟ ਔਰ ਘੁਮੇ ਓਕੇ ਠੀਕ ਹੈ ਹਮਾਰੇ ਖੇਤੋਂ ਮੈਂ ਐਸੀ ਬਨਤਾ ਹੈ ਚਾਹੇ ਖੇਤੋਂ ਮੈਂ ਹਾਂ ਆ ਜਾਓ ਬੈਠੋ ਬਾਈ ਸਾਹਿਬ ਹੁਣੀ ਦੇਖ ਰਹੇ ਨੇ ਸ਼ੱਕਰ ਨੂੰ ਹੈਰਾਨ ਹੋ ਕੇ ਵੀ ਇਹ ਕੀ ਹੈ ਕਹਿੰਦਾ ਸ਼ੱਕਰ ਹਮਾਰੇ ਦੇਸੀ ਗਰਕ ਪੇ ਬਣਦਾ ਨਾ ਸ਼ੱਕਰ ਆਪ ਖਾ ਕੇ ਦੇਖੋ ਇੱਕ ਮਿੰਟ ਟਰਾਈ ਕਰੋ ਬਾਈ ਜੀ ਹੁਣੀ ਕਹਿੰਦੇ ਗੁੜ ਜੈਸਾ ਲੱਗਦਾ ਮੈਂ ਗੁੜ ਦੀ ਭੈਣ ਆ ਸ਼ੱਕਰ ਅੱਛਾ ਲਗਾ ਅਭੀ ਦੇਤੇ ਹੈ ਚਾਏ ਵੀ ਪਿਲਾਤੇ ਆਪਕੋ ਬਾਈ ਵੀ ਲਿਆਏ ਸਮਾਨ ਬਹੁਤ ਹੈ ਹਮਾਰੇ ਪਾਸ ਆਪਕੋ ਜੋ ਇਸਕੇ ਉੱਪਰ ਰੱਖੋ ਹਾਂ ਰੱਖ ਦੋ ਇਹ ਕਹਿੰਦੇ ਸਾਡਾ ਵੀ ਭਾਈ ਸਮਾਨ ਟੇਸਟ ਕਰੋ ਇਹ ਹਮਾਰਾ ਗੁਜਰਾਤੀ ਕਾ ਹੈ ਗਾਠੀਆ ਆਪ ਅਗਰ ਖਾਤੇ ਹੋ ਮੇਰੇ ਤੋਂ ਸਭ ਖਾਏਗੇ ਸਭ ਖਾਏਗੇ ਲੇਕਿਨ ਬਸ ਨਾਨ ਵੈਜ ਨਹੀਂ ਖਾਏਗੇ ਅੰਡਾ ਵਾਲਾ ਤਾਂ ਨਹੀਂ ਹੈ ਅਰੇ ਨਹੀਂ ਹਮ ਪਿਓਰ ਵੈਜੀਟੇਰੀਅਨ ਹੈ ਭਈਆ ਹਾਂ ਹਾਂ ਜੈਨ ਹੈ ਠੀਕ ਹੈ ਲਓ ਵੀ ਨਾਲੇ ਪਰੌਂਠੇ ਵੀ ਮੰਗਾ ਲੇ ਇੱਥੋਂ ਫਿਰ ਤੇ ਨਾਲ ਦਹੀਂ ਤੇ ਇੱਧਰ ਚਾਹ ਹੋ ਜਾਣੀ ਹੈ ਉਦੋਂ ਬਾਅਦ ਨਵੀਂ ਬਹੂ ਕਹਿੰਦੀ ਮੈਂ ਤੁਹਾਨੂੰ ਕੀ ਖਵਾਉਂਗੀ ਪੋਹਾ ਪੋਹਾ ਖਵਾਉਂਗੀ ਕਹਿੰਦੀ ਮੈਂ ਖਵਾ ਦੇ ਭਾਈ ਜਿਹੜਾ ਕੋਈ ਖਵਾਉਣਾ ਖਾਖਰਾ ਇਹ ਜੇਠਾ ਲਾਲ ਵੀ ਖਾਦਾ ਉਦਾਂ ਨਾ ਫਾਫੜਾ ਖਾਂਦਾ ਕਿਤੋਂ ਫਾਫੜਾ ਜਲੇਬੀ ਖਾਂਦਾ ਜੇਠਾ ਲਾਲ ਇਹ ਵੀ ਬਾਈ ਜੀ ਹਾਂ ਬਾਈ ਜੀ ਨੂੰ ਖਵਾ ਆਪਣਾ ਨਹੀਂ ਡਿਸ਼ ਖਵਾਓ ਹਮਾਰਾ ਦੇਸੀ ਘਰ ਕਾ ਹੈ ਬਰਫੀ ਇਹ ਟਰਾਈ ਕਰੋ ਆਪ ਦੇਖੋ ਖਾ ਕੇ ਕੈਸੇ ਲਗਾ
ਹੋਗੀ ਲੇਕਿਨ ਇਸਕੇ ਬਾਅਦ ਚਾਹ ਪੀਂਗੇ ਤੋ ਫਿਕਰ ਲਾ ਕੋਈ ਬਾਤ ਨਹੀਂ ਥੋੜਾ ਨਮਕੀਨ ਖਾ ਲੈਣਾ ਫਿਰ ਨਮਕੀਨ ਕੈਸਾ ਹੈ ਘਰ ਪੇ ਬਣਾਇਆ ਮੇਰੀ ਮਾਂ ਨੇ ਯੇ ਆਪਣਾ ਕੈਰਟ ਕਾ ਹੈ ਹਾਂ ਹਾਂ ਕੈਰਟ ਕਾ ਕੈਰਟ ਹਮ ਲੋਗ ਹਾਂ ਕੈਰਟ ਕਾ ਤਾਂ ਹਲਵਾ ਬਣਾਤੇ ਹੈ ਹਾਂ ਹਾਂ ਲੇਕਿਨ ਐਸਾ ਪੀਸਿਸ ਨਹੀਂ ਬਣਾਤੇ ਜਿਵੇਂ ਆਪਨੇ ਪੀਸਿਸ ਬਣਾਏ ਹਾਂ ਅੱਛਾ ਲਗਾ ਅੱਛਾ ਲਗਾ ਇਸ ਤਰ੍ਹਾਂ ਤੋਂ ਮਲਾਈ ਵਗੈਰੇ ਹਾਂ ਹਾਂ ਵੀ ਜ਼ਿਆਦਾ ਹੋਗਾ ਇਹ ਬਾਈ ਹੋਣੀ ਨਹੀਂ ਖੋਲੋ ਮਤ ਖੋਲੋ ਮਤ ਖਾ ਲਿਆ ਹਮਨੇ ਬਹੁਤ ਖਾ ਲਿਆ ਤੋ ਬਹੁਤ ਸਮਾਨ ਨਹੀਂ ਫਿਰਦੇ ਨੇ ਬੰਬੇ ਵਾਲੇ ਵੀ ਵੀਰੇ ਆ ਬਾਈ ਕਹਿੰਦਾ ਕਿੱਥੇ ਕਿੱਥੇ ਗਏ ਹੋ ਤੁਸੀਂ ਪਟਿਆਲੇ ਅਫਸਰ ਕਾਲਨੀ ਹਾਂ ਕਾਲਨੀ ਹੈ ਗੁਡਰ ਕਾਲਨੀ ਓਕੇ ਔਰ ਅਰਬਨ ਸਟੇਟ ਅਰਬਨ ਸਟੇਟ ਵੀ ਗਿਆ ਕੀ ਕੰਮ ਕਰਦੇ ਤੁਸੀਂ ਉਧਰ ਉਧਰ ਇਹ ਐਗਜ਼ੀਬਿਸ਼ਨ ਲਗਾਤੇ ਐਗਜ਼ੀਬਿਸ਼ਨ ਕੌਣ ਸਾ ਕੱਪੜੇ ਦਾ ਉਹ ਆ ਸਾਡਾ ਤਿਆਰ ਹੋ ਗਿਆ ਗਰਮਾ ਗਰਮ ਆ ਬੰਦੇ ਖੜੇ ਨੇ ਪਲੇਟਾਂ ਲਈ ਵੀ ਪਾ ਦੋ ਆਉਣ ਦੋ ਅਸੀਂ ਦੁੱਧ ਬਚਿਆ ਸੀਗਾ ਸੋਚਿਆ ਇਹਨੂੰ ਕੀ ਪਾਈਏ ਅਤੇ ਫਿਰ ਅਸੀਂ ਇਹਨੂੰ ਦੁੱਧ ਪਿਲਾਤਾ ਜਿੱਥੇ ਦਾਣਾ ਪਾਣੀ ਲਿਖਿਆ ਹੁੰਦਾ ਹਰ ਹੀਲੇ ਵਸੀਲੇ ਬੰਦਾ ਆ ਜਾਂਦਾ